ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਤੁਸੀਂ ਲਾਈਵ ਵੀਡੀਓ ਦੇ ਵਿੱਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਾਡੇ ਪੇਜ ਤੋਂ ਤੁਸੀਂ ਦੇਖ ਰਹੇ ਹੋ ਤੇ ਬਾਬਾ ਸਾਡੇ ਕੋਲ ਆਇਆ ਸੀ ਇੱਕ ਬਜ਼ੁਰਗ ਅਮਰ ਸਿੰਘ ਉਹਨਾਂ ਦਾ ਫੇਸ ਦਿਖਾਓ ਜੀ ਤੇ ਬੜੀ ਮਾੜੀ ਹਾਲਤ ਦੇ ਵਿੱਚ ਆਏ ਸੀਗੇ ਇਹ ਫਾਜ਼ਿਲਕਾ ਏਰੀਏ ਤੋਂ ਦੱਸਦੇ ਆ ਆਪਦਾ ਪਿੰਡ ਚੂੜੀਆਂ ਚਿਸ਼ਤੀ ਪਿੰਡ ਦੱਸਦੇ ਆ ਅਮਰ ਸਿੰਘ ਇਹਨਾਂ ਦਾ ਨਾਮ ਆ ਚੰਨਣ ਸਿੰਘ ਇਹਨਾਂ ਦੇ ਪਿਓ ਦਾ ਨਾਂ ਦੱਸਦੇ ਆਪਦੇ ਦਾ ਜੀ ਤੇ ਦਾਦਾ ਜੀ ਦਾ ਨਾਮ ਹੀ ਦੱਸਦੇ ਆ ਦੋਗਰ ਸਿੰਘ ਤੇ ਇਹਨਾਂ ਦੀ ਦਿਮਾਗੀ ਸਥਿਤੀ ਵੀ ਥੋੜੀ ਠੀਕ ਨਹੀਂ ਹੈਗੀ ਤੇ ਇਹਨਾਂ ਦੇ ਪੈਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀਰੋ ਬੜਾ ਵੱਡਾ ਜ਼ਖਮ ਆ ਤੇ ਕੱਲ੍ਹ ਵੀ ਅਸੀਂ ਇਹਨਾਂ ਨੂੰ ਹੋਸਪਿਟਲ ਲੈ ਕੇ ਗਏ ਸੀਗੇ ਜੀ ਤੇ ਉੱਥੇ ਵੀ ਉਹਨਾਂ ਨੇ ਜਾਣੀ ਕਿ ਇਲਾਜ ਕੀਤਾ ਇਹਨਾਂ ਦਾ ਵਿੱਚੋਂ ਸਫਾਈ ਕੀਤੀ ਕਾਫੀ ਕੀੜੇ ਨਿਕਲੇ ਤਾਂ ਉਹਨਾਂ ਨੇ ਹੁਣ ਸਾਨੂੰ ਇਹ ਵੀ ਕਿਹਾ ਵੀ ਇਹਦੇ ਤਾਰਪੀਨ ਦੇ ਤੇਲ ਦੇ ਵਿੱਚ ਪਾ ਕੇ ਸਫਾਈ ਕਰਕੇ ਇਹਦੇ ਵਿੱਚੋਂ ਕੀੜੇ ਕੱਢੇ ਜਾਣਗੇ ਤਾਂ ਹੋਸਪਿਟਲ ਦੇ ਵਿੱਚ ਵੀ ਇਹੀ ਕੰਮ ਕਰਨਾ ਸੀ ਜੀ ਉਹਨਾਂ ਨੇ ਬੜਾ ਸਾਨੂੰ ਖਰਚਾ ਪੈ ਰਿਹਾ ਸੀਗਾ ਉੱਥੇ ਤੇ ਅਸੀਂ ਹੁਣ ਆਪ ਹੀ ਵੀਰ ਮੇਰਾ ਵੀਰਿੰਦਰ ਲੱਗਿਆ ਹੋਇਆ ਵਾ ਬਹੁਤ ਸੇਵਾ ਕਰਦਾ ਇਹ ਅੱਗੇ ਵੀ ਪਹਿਲਾਂ ਸਾਡੇ ਕੇਸਰ ਸਿੰਘ ਨਾਮ ਦੇ ਸੀਗੇ ਬਜ਼ੁਰਗ ਉਹਨਾਂ ਦੇ ਵੀ ਪੈਰ ਦੇ ਵਿੱਚੋਂ ਸਾਰੇ ਕੀੜੇ ਲੱਤ ਦੇ ਵਿੱਚੋਂ ਇਹਨਾਂ ਨੇ ਬਹੁਤ ਕੱਢਦੇ ਰਹੇ ਆ ਤੇ ਅੱਜ ਇਹਨਾਂ ਦੀ ਅਮਰ ਸਿੰਘ ਦੀ ਵੀ ਸੇਵਾ ਨਿਭਾ ਰਹੇ ਆ ਜੀ ਇਹ ਤੇ ਅਮਰ ਸਿੰਘ ਜੀ ਬੜੀ ਮਾੜੀ ਹਾਲਤ ਦੇ ਵਿੱਚ ਆ ਜੀ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਤੇ ਵੀ ਇਹਨਾਂ ਦੇ ਬਾਰੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਜੀ ਵੀ ਇਹ ਠੀਕ ਹੋ ਜਾਣ ਬਹੁਤ ਹੀ ਮਾੜੀ ਹਾਲਤ ਹੈ ਜੀ ਇਨਸਾਨ ਇਸ ਮਾੜੀ ਹਾਲਤ ਦੇ ਵਿੱਚ ਇੱਦਾਂ ਸੜਕਾਂ 'ਤੇ ਲਵਾਰਸ ਤੁਰੇ ਕਰਦੇ ਆ ਜੀ ਅਤੇ ਮੈਂ ਨਾਲ ਦੀ ਨਾਲ ਜਿਹੜੀ ਮੈਂ ਅੱਗੇ ਬੇਨਤੀ ਕਰਦਾ ਮੈਂ ਉਹ ਵੀ ਬੇਨਤੀ ਦੁਬਾਰਾ ਕਰੂੰਗਾ ਵੀ ਵੀਰੋ ਇੱਦਾਂ ਦਾ ਵੀ ਇਨਸਾਨ ਜਦੋਂ ਤੁਹਾਨੂੰ ਕਿਤੇ ਮਿਲਦਾ ਰਸਤੇ 'ਚ ਜਾਂ ਕਿਤੇ ਹੋਰ ਇਹ ਜਿਹੇ ਬੰਦਿਆਂ ਦੀ ਮਦਦ ਕਰਿਆ ਕਰੋ ਜੇ ਇਹੀ ਇਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਹੀ ਥੋੜ੍ਹਾ ਟ੍ਰੀਟਮੈਂਟ ਮਿਲ ਜਾਂਦਾ ਜਾਂ ਵਧੀਆ ਤਰੀਕੇ ਨਾਲ ਇਹਨਾਂ ਦਾ ਕੋਈ ਇਲਾਜ ਹੋ ਜਾਂਦਾ ਤਾਂ ਇਹ ਹਾਲਾਤ ਦੇ ਵਿੱਚ ਨਹੀਂ ਸੀ ਪਹੁੰਚਦੇ ਜੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਇੱਦਾਂ ਦੇ ਬੰਦੇ ਦੇ ਕਿਸੇ ਵੀ ਇੰਨੀ ਮਾੜੀ ਹਾਲਤ ਦੇ ਬੰਦੇ ਨੂੰ ਦੇਖਿਆ ਕਰੋ ਵੀ ਉਹਦਾ ਇਲਾਜ ਲਈ ਘੱਟੋ ਘੱਟ ਕਿਤੇ ਡਾਕਟਰ ਕੋਲ ਜਾਂ ਉਹਨਾਂ ਦਾ ਜਿੰਨੀ ਵੀ ਤੁਸੀਂ ਬਣਦੀ ਸਹਾਇਤਾ ਕਿਤੇ ਕਰ ਸਕਦੇ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਹਾਲਾਤ ਦੇ ਵਿੱਚ ਜੇ ਬੰਦਾ ਫਿਰਦਾ ਪੰਜਾਬ ਦੇ ਵਿੱਚ ਵੀ ਪੰਜਾਬੀ ਆਪਾਂ ਸਿੱਖ ਕੌਮ ਕਹਿੰਦੇ ਹਾਂ ਵੀ ਸਾਰਿਆਂ ਤੋਂ ਮਹਾਨ ਆਪਣੀ ਕੌਮ ਆ ਅਤੇ ਆਪਾਂ ਲੋਕਾਂ ਦੀ ਮਦਦ ਦੇ ਲਈ ਬਣੀ ਹੋਈ ਕੌਮ ਆਪਣੀ ਅਤੇ ਜ਼ਰੂਰ ਮਦਦ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ